ਇਹ ਕਿਹੜੀ ਬਲੱਡ ਲਾਈਨ ਵਗੈਰਾ ਕਿਹੜੀ ਦੀ ਹੈ ਜੀ? ਗਣੇਸ਼ ਗੁੱਜਰ ਜੀ, ਵਾਹ ਜੀ ਵਾਹ, ਉਹ ਜਿਹੜੇ ਅੱਗੇ ਉਦੈਪੁਰ ਦੇ ਕੋਲੇ ਆ, ਠੀਕ ਹੈ ਠੀਕ ਹੈ ਠੀਕ ਹੈ, ਦੇ ਸਟੱਡ ਫਾਰਮ ਕਾਂਕਰੋਲੀ, ਕਾਂਗਰਸ ਮਿੱਤਰ ਆਪਣੇ ਉਹ ਬਹੁਤ ਵਧੀਆ, ਠੀਕ ਹੈ ਅੱਛਾ, ਉਹਨਾਂ ਦਾ ਜਿਹੜਾ ਵੱਡਾ ਘੋੜਾ ਉਹਦੇ ਕੋਲ ਸੀ, ਉਹਦੀ ਬੱਚੀ ਹੈ, ਜੈਦੇਵ ਵਾਹ ਜੀ, ਉਹਦੀ ਬੱਚੀ ਹੈ, ਠੀਕ ਹੈ ਠੀਕ ਹੈ ਠੀਕ ਹੈ, ਬਹੁਤ ਉਹਦਾ ਮਤਲਬ ਸ਼ੌਕੀਨ, ਹਾਂਜੀ ਬਹੁਤ ਸ਼ੌਕੀਨ ਆ ਭਾਈ ਸਾਹਿਬ ਆਪਣੇ, ਠੀਕ ਹੈ ਠੀਕ ਹੈ, ਬਾਕੀ ਇਹਦਾ ਇਹਦਾ ਭਰਾ ਇੱਕ ਉਹਦੇ ਕੋਲੇ ਖੜਾ ਹੈ, ਹਾਂਜੀ ਹਾਂ ਬਿਲਕੁਲ ਖੜਾ ਹੈ, ਮਦਰ ਵੱਲੋਂ ਵੀ ਚੰਗੀ ਬਲੱਡ ਲਾਈਨ ਦੀ ਹੈ ਜਿਹੜਾ ਅਰਸ਼ ਘੋੜਾ ਹੈ ਨਾ, ਠੀਕ ਹੈ ਠੀਕ ਹੈ, ਹਾਂਜੀ ਠੀਕ ਹੈ। ਹੈਲੋ ਨਮਸਤੇ ਅਦਾਬ ਔਰ ਸਤਿ ਸ਼੍ਰੀ ਅਕਾਲ, ਮੈਂ ਹਾਂ ਤੁਹਾਡਾ ਹੋਸ਼ ਯੁੱਧਵੀਰ ਸਿੰਘ ਪਵਾਰ ਅਤੇ ਤੁਸੀਂ ਦੇਖ ਰਹੇ ਹੋ ਤੁਹਾਡਾ ਚੈਨਲ ਜੱਟ ਔਨ ਟਰੈਵਲ। ਸੋ ਗਾਇਜ਼ ਆਪਾਂ ਪਹੁੰਚੇ ਗੰਗਾਨਗਰ ਹੋਰਸ ਫੇਅਰ 'ਤੇ ਔਰ ਇੱਥੇ ਆਪਣੇ ਆਏ ਹੋਏ ਆ ਵੀਰ ਔਰ ਮੇਰੇ ਨਾਨਕੇ ਪਿੰਡ ਤੋਂ ਸਾਡੇ ਮਾਮਾ ਜੀ ਲੈ ਗਏ ਘੋੜੀ। ਕੀ ਹਾਲ ਹੈ ਮਾਮਾ ਸ਼੍ਰੀ? ਹਾਂ ਠੀਕ ਹੈ ਭਾਣਜਾ, ਵਧੀਆ, ਹੋਰ ਠੀਕ ਹੋ? ਸਭ ਠੀਕ ਠਾਕ, ਆਪਣੇ ਦੱਸੋ। ਸਾਰੇ ਵੀਰਾਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਵੀਰ ਜੀ। ਕੀ ਨਾਮ ਹੈ ਜੀ ਘੋੜੀ ਦਾ? ਇਹ ਸੁੰਦਰੀ ਹੈ। ਸੁੰਦਰੀ ਮਾਰਵਾੜੀ ਤੋਂ? ਮਾਰਵਾੜੀ ਨਸਲ ਹੈਗੀ, 62 ਪਲੱਸ ਹਾਈਟ ਹੈਗੀ, ਠੀਕ ਹੈ, ਨਿਸ਼ਾਨ ਹੈਗੇ ਪੂਰੇ ਵੇਖ ਲਓ। ਵਾਹ ਜੀ ਵਾਹ, ਇਹਦੀ ਬੋਡੀ ਮਾਰਕਿੰਗ ਬਾਰੇ ਦੱਸੋ ਥੋੜ੍ਹਾ ਜਿਹਾ। ਬੋਡੀ ਮਾਰਕਿੰਗ ਜੀ ਭੌਰੀ ਹੁੰਦੀ ਹੈ ਜੀ, 4-5, ਠੀਕ ਹੈ ਜੀ, ਇੱਕ ਮੱਥ 'ਚ ਹੁੰਦੀ ਹੈ, ਅੱਛਾ, ਗਲੇ 'ਤੇ ਹੁੰਦੀ ਹੈਗੀ, ਕੰਠਾਂ 'ਤੇ ਹੁੰਦੀ ਹੈ, ਦੇਵਮਣ ਹੁੰਦਾ, ਦੇਵਮਣ ਦੇਵਮਣ, ਠੀਕ ਹੈ, ਛੋਲੇ ਜੋ, ਠੀਕ ਹੈ, ਤੇ ਆਪਣੇ ਵੀਰ ਆਏ ਹੋਏ, ਇਹਨਾਂ ਨਾਲ ਵੀ ਆਪਾਂ ਗੱਲਬਾਤ ਕਰਦੇ ਹਾਂ। ਬਾਈ ਸਾਰੇ ਘੋੜੀਆਂ ਵਾਲੇ ਆ ਕਿ ਵੈਸੇ ਵੇਖਣਾ? ਘੋੜੀਆਂ ਵਾਲੇ ਆ। ਲੋ ਵੇਖ ਲਓ ਵੀ ਘੋੜੀਆਂ ਦਾ, ਘੋੜਿਆਂ ਦਾ ਕਰੇਜ਼ ਕਿੰਨਾ, ਠੀਕ ਹੈ, ਨਵੀਂ ਪੀੜ੍ਹੀ ਆਪਣੇ ਨਾਲ ਜੁੜ ਰਹੀ ਹੈ। ਬਾਈ ਜੀ ਕੋਈ ਨਵੀਂ ਗੱਲ ਦੱਸੋ, ਕੋਈ ਜਿਹੜੇ ਨਵੇਂ ਆਪਣੇ ਯਾਰ ਬੇਲੀ ਜਿਹੜੇ ਅਣਜਾਣ ਹੈ ਇਸ ਫੀਲਡ ਦੇ ਵਿੱਚ ਆਪਣੇ ਨਾਲ ਜੁੜਨ, ਕੋਈ ਉਹਦੇ ਬਾਰੇ ਟਿਪਸ ਦਿਓ ਜੀ। ਮਤਲਬ ਸ਼ੌਂਕ ਰੱਖਣਾ ਚਾਹੀਏ ਜਾਨਵਰਾਂ ਕੋ, ਇੱਕ ਸ਼ੌਂਕ ਕੇ ਲਈ ਹੋਤੀ ਹੈ, ਇੱਕ ਬਿਜ਼ਨਸ ਕੇ ਰੂਪ ਮੇਂ ਰਹਤੇ ਹੈ, ਠੀਕ ਹੈ ਜੀ, ਹਮਾਰਾ ਤਾਂ ਇਹੀ ਹੈ ਕਿ ਬਿਜ਼ਨਸ ਵੀ ਚੰਗਾ ਹੈ ਬਾਈ ਜੀ, ਬਿਜ਼ਨਸ ਵੀ ਹੈਗਾ ਚੰਗਾ, ਪਰ ਸਾਡਾ ਕਹਿਣਾ ਤਾਂ ਇਹੀ ਹੈ ਕਿ ਬਿਜ਼ਨਸ ਤੋਂ ਬਿਨਾਂ ਸ਼ੌਂਕ ਨਾਲ ਰੱਖੋ ਤੁਸੀਂ, ਸ਼ੌਂਕ ਨਾਲ ਰੱਖੋ, ਸ਼ੌਂਕ ਨਾਲ ਆਹੀ ਗੱਲ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ, ਕਰੇ ਰੱਖਣਾ ਸ਼ੁਭ ਮੰਨਿਆ ਜਾਂਦਾ ਹੈ, ਨਾਲੇ ਸ਼ੁਭ ਮੰਨਿਆ ਜਾਂਦਾ ਹੈ, ਨਾਲੇ ਬਿਜ਼ਨਸ ਵੀ ਚੰਗਾ। ਹਾਂ ਬਸ ਆਹੀ ਗੱਲ ਮੈਂ ਕੀ ਹੈ ਕਿ ਭੌਂਰੀਆਂ ਹੁੰਦੀ ਆ ਉਹ ਯੂਪੀ ਵਾਲੇ ਆਉਂਦੇ ਆ, ਉਹ ਤਾਂ ਕੋਈ ਕੁਛ ਆਖਦਾ ਕੋਈ ਕੁਛ ਆਖਦਾ, ਕੋਈ ਕੁਛ ਨਹੀਂ ਹੁੰਦਾ, ਅੱਛਾ, ਆਪਣੇ ਮਤਲਬ ਹੈ ਜਿਹਨੂੰ ਚੰਗਾ ਲੱਗੇ ਉਹਦੇ ਨਾਲ ਉਹਦੇ ਹਿਸਾਬ ਨਾਲ ਉਹੀ ਹੁੰਦਾ ਹੈ, ਅੱਛਾ ਅੱਛਾ, ਸ਼ੌਂਕ ਤੇ ਰੱਖਣਾ ਚਾਹੀਦਾ, ਸ਼ੌਂਕ ਤੇ, ਜਿਹੜਾ ਇਹਦਾ ਸ਼ੌਂਕ ਦਾ ਕੋਈ ਮੁੱਲ ਹੈ ਨਹੀਂ, ਉਹ ਕਦੇ ਵੀ ਜਾਨਵਰ ਦੀ ਸੇਵਾ ਨਹੀਂ ਕਰ ਸਕਦਾ, ਠੀਕ ਹੈ ਠੀਕ ਹੈ, ਜਿਹਨੇ ਇੱਕ ਵਾਰ ਲਿਆ ਹਾਂਜੀ ਉਹ ਰੱਖੂਗਾ ਹੀ ਰੱਖੂਗਾ, ਠੀਕ ਹੈ, ਬਹੁਤ ਵਧੀਆ ਗੱਲ, ਵਾਹ ਜੀ ਵਾਹ, ਤੋਰ ਕੇ ਖਿੱਚੀ ਮਾੜੀ, ਠੀਕ ਹੈ, ਇਹਦੇ ਕੋਈ ਤੁਸੀਂ ਸੇਲ ਪਰਪਸ ਤੇ ਲਿਆਂਦੀ ਜਾਂ ਬਰੀਡ ਵਾਸਤੇ ਰੱਖੀ ਹੋਈ ਹੈ ਕਰੇ? ਜੀ ਸੇਲ ਵੀ ਕਰਦੇ ਆਂ। ਕੀ ਮੰਗਦੇ ਆ ਦਾ? 15 ਲੱਖ ਰੁਪਏ, ਠੀਕ ਹੈ ਜੀ, ਤੇ ਆਪਣਾ ਨੰਬਰ ਦੇ ਦਿਓ ਜੀ ਇਹਦੇ ਤੇ, 94603-90202, ਰਿਪੀਟ ਕਰ ਦਿਓ, 94603-90202, ਠੀਕ ਹੈ ਜੀ ਠੀਕ ਹੈ, ਕੋਈ ਮਾੜਾ ਚਲਾ ਕੇ ਦਿਖਾਓ ਜੀ। ਚਲੋ ਮਿਲਦੇ ਹਾਂ ਕੋਈ ਨਵੀਂ ਵੀਡੀਓ ਨਾਲ, ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ।